ਮੈਂ ਤੇ ਸਿਮਰਜੀਤ ਸਿੰਮੀ ਜੀ ਆਓ ਜੀ ਕਰਦਾ ਆ ਜਾਗਾ ਮੇਰੇ ਨਾਲ ਕਿਉਂ ਹੱਸਦਾ ਮੇਰੇ ਮੇਰੇ ਜੀ ਵੇਖ ਵੇਖ ਉਸ ਗੱਲ ਤੋਂ ਰਿਕਾਰਡ ਹੀ ਪੈਦਾ ਕਰਨੇ ਉਹ ਪਰਸੋਂ ਤਿੰਨ ਕੁੜੀਆਂ ਸੀ ਨਾ ਅੱਜ ਵੀ ਤਿੰਨ ਹੋਣੀਆਂ ਤਾਂ ਮੈਂ ਉਹ ਗੱਲ ਮੇਰੀ ਯਾਦ ਆ ਜਾਂਦੀ ਵੀ ਆਪਣੇ ਸਦੀਕ ਸਾਹਿਬ ਵੀ ਬਹੁਤ ਵੱਡੇ ਕਲਾਕਾਰ ਰਮਲਾ ਸਾਹਿਬ ਬਹੁਤ ਵੱਡੇ ਕਲਾਕਾਰ ਮੈਂ ਕਿਹਾ ਵੀ ਮੇਰੇ ਉਹਨੂੰ ਵੱਡੇ ਨਹੀਂ ਕਹਿੰਦੇ ਕਿਵੇਂ ਕਹਿੰਦਾ ਮੈਂ ਉਹਨਾਂ ਨੇ ਇੱਕ ਨਾ ਗਿਆ ਮੈਂ ਤਿੰਨਾਂ ਗਾਉਣਾ ਅਤੇ ਹੌਲੀ ਹੌਲੀ ਦਾਸ ਕਰ ਦਿੰਦੀ ਹਾਂ ਤਾਂ ਬਸ ਜਾਣੀ ਰਿਕਾਰਡ ਹੀ ਪੈਦਾ ਕਰਨੇ ਅਸੀਂ ਜਾਂਦੇ ਬਾਈ ਤਾੜੀ ਮਾਰਦੇ ਬਾਬੇ ਸਿਮੀ ਸੁਣੀ ਫਿਰ ਗਾਣਾ ਕਾਕਾ ਸਾਢੇ ਦਿਨ ਗਾਣਾ ਦਿਨ ਹਜੇ ਤਾਂ ਜਹਾਜ਼ ਦੱਸ ਗਿਆ ਵਾ ਮੈਂ ਹਾਂ ਮਾੜਾ ਜਿੱਦਾਂ ਵੀ ਸਾਰ ਜੇ ਲਓ ਹੈ ਨਾ ਕੀ ਲੈਣਾ ਹੈ ਗਵਾਂਢੀਆਂ ਲੜ ਕੇ ਰਾਜੀਨਾਮਾ ਕਰ ਮਿੱਤਰਾਂ ਆਓ ਜੀ ਹੋਏ ਸੀ ਜਨਾਨੀ ਹਨ ਕੱਢ ਗਏ ਜਿਹੜੇ ਯਾਰ ਸੀ ਜੋੜੀ ਤੇ ਹੋਈ ਭੱਜ ਗਏ ਚੁਕਣਾ ਸੀ ਜਨਾਨੀ ਹਨ ਕੱਢ ਗਏ ਜਿਹੜੇ ਯਾਰ ਸੀ ਜੋੜੀ ਤੇ ਹੋਈ ਭੱਜ ਗਏ ਨੀ ਮੀਣਾ ਹੈ ਮੈਂ ਤੁਹਾਨੂੰ ਵੱਜਣਾ ਚੁੱਪ ਕੀਤੇ ਆਨ ਰਹਿਣ ਕੋਈ ਦਿੰਦਾ ਨਾ ਸ਼ਰੀਕਾਂ ਨਾਲ ਪੈਂਦਾ ਵੱਜਣਾ ਚੁੱਪ ਕੀਤੇ ਆਨ ਰਹਿਣ ਕੋਈ ਦਿੰਦਾ ਨਾ ਸ਼ਰੀਕਾਂ ਨਾਲ ਪੈਂਦਾ ਵੱਜਣਾ ਸੀ ਜਨਾਨੀ ਸਾਨੂੰ ਕੱਢ ਗਏ ਜਿਹੜੇ ਯਾਰ ਸੀ ਜੁੜੀ ਤੇ ਹੋਈ ਬੱਜ ਗਏ ਨੀ ਮੀਣਾ ਹੈ ਮੈਂ ਤੁਹਾਨੂੰ ਵੱਜਣਾ ਚੁੱਪ ਕੀਤੇ ਆਨ ਰਹਿਣ ਕੋਈ ਦਿੰਦਾ ਨਾ ਸ਼ਰੀਕਾਂ ਨਾਲ ਪੈਂਦਾ ਵੱਜਣਾ ਚੁੱਪ ਕੀਤੇ ਆਨ ਰਹਿਣ ਕੋਈ ਦਿੰਦਾ ਨਾ ਸ਼ਰੀਕਾਂ ਨਾਲ ਪੈਂਦਾ ਵੱਜਣਾ ਥੋੜ੍ਹੀ ਜਿਹੀ ਆਵਾਜ਼ ਇਹਨਾਂ 'ਚ ਪਾਇਆ ਗੁੰਮ ਗੁੰਮ ਸੁਣ ਰਿਹਾ ਪੂਰਾ ਨਹੀਂ ਜਿਸ ਹਿਸਾਬ ਨਾਲ ਮਿਕਸਰ ਲੱਗਿਆ ਟਰਾਲੀ ਦਾ ਮਿਕਸਰ ਹੀ ਹੈ ਉਸ ਨਾਲ ਆਵਾਜ਼ ਨਹੀਂ ਸੁਣ ਰਹੀ ਇੱਥੇ ਬਾਹਰ ਸਹੀ ਮੈਨੂੰ ਪਤਾ ਹੁਣ ਇਹਨਾਂ 'ਚ ਬਾ ਇੱਥੇ ਖੜਾ ਪੂਰਾ ਪ੍ਰੋਪਰ ਸੁਣ ਮਾੜੀ ਇਹਨਾਂ ਚੱਕਦੇ ਆ
ਨਹੀਂ ਰਹਿੰਦੇ ਜਾਣ ਜਾਣ ਕੇ ਲੜੀ ਲੋਕਾਂ ਦੀਆਂ ਚੁੱਕਣਾ ਦੀ ਆਣ ਕੇ ਐਵੇਂ ਤਾਂ ਨਹੀਂ ਲੈਂਦੇ ਜਾਣ ਜਾਣ ਕੇ ਲੜੀ ਲੋਕਾਂ ਦੀਆਂ ਚੁੱਕਣਾ ਦੇ ਆਣ ਕੇ ਹੁਣ ਬਾਈ ਅਸੀਂ ਕੋਣੇ ਦਿੱਤੀ ਨੀ ਲਿਆ ਚੱਟ ਨੀ ਮਗਾ ਬੋਰ ਬੱਤੀ ਨੀ ਲਵਾ ਕੇ ਬੈਰੀ ਹੱਥ ਛੱਡਣਾ ਟੁੱਪ ਕਿਤੇ ਆਣ ਰਹਿਣ ਕੋਈ ਦਿੰਦਾ ਨਾ ਸ਼ਰੀਕਾਂ ਨਾਲ ਪੈਂਦਾ ਵੱਜ
ਆਜੋ ਜੀ ਆਜੋ ਇਸ ਕੌਰ ਜੀ ਉਹਨਾਂ ਨਾਲ ਤਾੜੀ ਮਾਰ ਦਿਓ ਪਲੀਜ਼ ਇਸ ਕੌਰ ਜੀ ਨਾਲ ਪ੍ਰੋਗਰਾਮ ਸਾਰਾ ਹੀ ਚੇਂਜ ਚੂੰਜ ਹੋ ਗਿਆ ਜਿੱਦਾਂ ਅਤੇ ਜਿੱਥੇ ਕਹਿੰਦੇ ਵੀ ਮਹਾਰਾਜ ਰੱਖੇ ਉੱਥੇ ਰਹਿਣਾ ਪੈਂਦਾ ਨਾ ਜਿੱਥੋਂ ਦਾ ਦਾਣਾ ਪਾਣੀ ਲਿਖਿਆ ਖਾਣਾ ਪੈਂਦਾ ਇੱਦਾਂ ਨਹੀਂ ਇੱਦਾਂ ਹੀ ਨਾ ਜਿੱਥੋਂ ਜਿੱਥੋਂ ਦਾਣਾ ਪਾਣੀ ਲਿਖਿਆ ਖਾਣਾ ਪੈਂਦਾ ਚਾਹ ਵੀ ਪੀਣੀ ਪੈਂਦੀ ਹੈ ਪਾਣੀ ਵੀ ਪੀਣਾ ਪੈਂਦਾ ਕਾਕਾ ਅਤੇ ਕਈਆਂ ਨੇ ਉਹ ਵੀ ਰੱਖਦਾ ਖਿਆਲ ਨਹੀਂ ਬਾਗ ਸਿਰ ਮੰਜ ਸਾਡੇ ਨਾਲ ਨਹੀਂ ਤਾਰੀ ਜਿੱਤੋ ਵਾਲਾ ਰੱਖਦਾ ਖਿਆਲ ਨਹੀਂ ਵਾਲਿਆਂ ਦਾ ਆਪਾਂ ਨੂੰ ਗੁਜ਼ਾਰ ਨਹੀਂ ਹਾਰ ਮੰਨਣੀ ਨੀ ਵਹੀਂ ਜਮਾ ਮਰਨੀ ਨੀ ਜੱਟ ਨਹੀਂ ਹੈ ਅੱਜ ਗੱਜਣਾ ਚੁੱਪ ਕੀਤੇ ਆਨ ਰਹਿਣ ਕੋਈ ਜਿੱਦਾਂ ਨਾ ਸ਼ਰੀਕਾਂ ਨਾਲ ਪੈਂਦਾ ਵੱਜਣਾ ਚੁੱਪ ਕੀਤੇ ਆਨ ਰਹਿਣ ਕੋਈ ਜਿੱਦਾਂ ਨਾ ਸ਼ਰੀਕਾਂ ਨਾਲ ਪੈਂਦਾ ਵੱਜਣਾ ਜਾਨ ਰਹਿਣ ਕੋਈ ਜਿੰਦਾ ਨਾ ਸ਼ਰੀਕਾਂ ਨਾਲ ਪੈਂਦਾ ਵੱਜਣਾ ਚੁੱਪ ਕੀਤੇ ਜਾਨ ਰਹਿਣ ਕੋਈ ਜਿੰਦਾ ਨਾ ਸ਼ਰੀਕਾਂ ਨਾਲ ਪੈਂਦਾ ਵੱਜਣਾ ਇਹਦਾ ਮਤਲਬ ਵਧੀਆ ਸੀ ਇਹਦਾ ਮਤਲਬ ਵਧੀਆ ਸੀ ਹਾਂ ਓਕੇ ਬਾਈ ਗੁਰਪ੍ਰੀਤ ਜੀ ਬਿੱਟੂ ਜਿਹਨੇ ਬਹੁਤ ਥੋੜ੍ਹੇ ਦਰਸ਼ਨ ਕਰੇ ਥੋੜ੍ਹੀ ਸੇਵਾ ਕਰ ਰਹੇ ਤੋ ਇਹਨੂੰ